लोहिया मिशन हस्पताल विखे कोरोना वैक्सीन कैंप लगाया गया। अज लोहिया मिशन हस्पताल विखे श्री राधा माधव गौशाला और सूत सभा वालों सिविल हस्पताल फतेहगढ़ साहब के सहयोग नाल मुफ्त कोविड विरोधी टीकाकरण कैंप का आयोजन किया गया। अज इत्थे वख-वख बुलारियां ने आम जनता नूं वैक्सीनेशन बारे जागरूक करदे आ 100% वैक्सीन लगवाउण दे टीके नूं पूरा करन लई सहयोग देण दी अपील कीती। इस मौके दीआं कुछ झलकां दिखाउंदे हां न्यूज़ इंडिया टाइम दे कैमरे दी नज़र तों। अज का जिहड़ा इह कैंप हैगा लोहिया मिशन कमेटी वल्लों लगाया जा रहा है। इहदे विच जिहड़ी 18 साल तों उपर सारिआं नूं जिहड़ी वैक्सीनेशन है ਉਹ ਲਗਾਈ ਜਾ ਰਹੀ ਆ। ਸੋ ਸਾਡੀ ਸਾਰਿਆਂ ਨੂੰ ਅਪੀਲ ਹੈ ਵੀ ਵੱਧ ਤੋਂ ਵੱਧ ਵੈਕਸੀਨੇਸ਼ਨ ਲਗਵਾਓ, ਕਿਉਂਕਿ ਇਸ ਮਹਾਮਾਰੀ ਤੋਂ ਬਚਣ ਦਾ ਇਹ ਹੀ ਇੱਕ ਦਵਾਈ ਆ। ਸੋ ਸਾਨੂੰ ਸਾਰਿਆਂ ਨੂੰ ਵੈਕਸੀਨ ਲਗਾਉਣੀ ਚਾਹੀਦੀ ਆ ਤਾਂ ਜੋ ਕਿ ਅਸੀਂ ਇਸ ਮਹਾਮਾਰੀ ਤੋਂ ਬਚੀਏ। ਇਹ ਵੈਕਸੀਨ ਲਗਾਉਣ ਤੋਂ ਬਾਅਦ ਵੀ ਸਾਨੂੰ ਜਿਹੜੇ ਕੋਵਿਡ ਦੇ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ, ਜਿਸ ਤਰ੍ਹਾਂ ਕਿ ਸਾਰਿਆਂ ਨੂੰ ਮਾਸਕ ਲਗਾ ਕੇ ਰੱਖਣਾ ਚਾਹੀਦਾ, 2 ਗਜ਼ ਦੀ ਦੂਰੀ ਮੇਨਟੇਨ ਰੱਖਣੀ ਚਾਹੀਦੀ ਆ, ਸਾਨੂੰ ਸਾਰਿਆਂ ਨੂੰ ਵਾਰ ਵਾਰ ਜਿਹੜੇ ਆਪਣੇ ਹੱਥ ਹੈ ਉਹ ਸੈਨੀਟਾਈਜ਼ ਕਰਨੇ ਚਾਹੀਦੇ ਆ, ਅਤੇ ਜੇ ਕਿਸੇ ਨੂੰ ਕੋਈ ਖਾਂਸੀ ਜ਼ੁਕਾਮ ਬੁਖਾਰ ਹੈ ਤਾਂ ਉਹਨੂੰ ਜਲਦੀ ਤੋਂ ਜਲਦੀ ਆਪਣੀ ਸੈਂਪਲਿੰਗ ਕਰਾਉਣੀ ਚਾਹੀਦੀ ਆ, ਕਿਉਂਕਿ ਜਿੰਨੀ ਜਲਦੀ ਸਾਨੂੰ ਪਤਾ ਲੱਗੂਗਾ ਵੀ ਜਿਹੜਾ ਇਹ ਬੰਦਾ ਇਸ ਬਿਮਾਰੀ ਤੋਂ ਪੀੜਿਤ ਹੈ ਉਨੀ ਜਲਦੀ ਉਹਦਾ ਟ੍ਰੀਟਮੈਂਟ ਸ਼ੁਰੂ ਹੋ ਸਕੂਗਾ। ਅਤੇ ਹੋਰ ਮੇਰੀ ਲੋਕਾਂ ਨੂੰ ਇਹ ਵੀ ਅਪੀਲ ਹੈ ਜਿਹੜੀਆਂ ਅਫਵਾਹਾਂ ਤੋਂ ਬਚੋ। ਕੋਈ ਕਹਿੰਦਾ ਵੀ ਇਹ ਵੈਕਸੀਨ ਠੀਕ ਨਹੀਂ ਹੈ, ਬਿਲਕੁਲ ਸੇਫ ਵੈਕਸੀਨ ਹੈ, ਤਾਂ ਸਾਨੂੰ ਸਾਰਿਆਂ ਨੂੰ ਲਗਾਉਣੀ ਚਾਹੀਦੀ ਹੈ। ਬਿਲਕੁਲ ਲਗਵਾ ਸਕਦੇ ਆ ਜੀ, ਇਹਦਾ ਵੈਕਸੀਨ ਨਾਲ ਕੋਈ ਸਮਾਨ ਨਹੀਂ ਹੈ ਜੀ। ਲੋਹੀਆ ਮਿਸ਼ਨ ਹਸਪੀਟਲ ਵਿੱਚ ਅੱਜ ਸੂਤ ਸਭਾ ਔਰ ਰਾਧਾ ਮਾਧਵ ਗਊਸ਼ਾਲਾ ਦੇ ਸਹਿਯੋਗ ਨਾਲ ਇਹ ਵੈਕਸੀਨੇਸ਼ਨ ਦਾ ਕੈਂਪ ਹੈ ਇਹ ਲਗਾਇਆ ਗਿਆ। ਇਸ ਵਿੱਚ ਸਾਨੂੰ ਸਿਵਲ ਹਸਪੀਟਲ ਦੀ ਜਿਹੜੀ ਟੀਮ ਹੈ ਉਹਨਾਂ ਦਾ ਪੂਰਾ ਸਹਿਯੋਗ, ਡਾਕਟਰ ਜਿਹੜੇ SMO ਹੈ ਡਾਕਟਰ ਕੁਲਦੀਪ ਜੀ, ਉਹਨਾਂ ਦੀ ਪੂਰੀ ਟੀਮ, ਉਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ, ਉਹਨਾਂ ਨੇ ਸਾਨੂੰ ਬਹੁਤ ਸਹਿਯੋਗ ਦਿੱਤਾ। ਇਹਦੇ ਵਿੱਚ ਅਸੀਂ ਧੰਨਵਾਦ ਕਰਦੇ ਹਾਂ ਸੂਤ ਸਭਾ ਦੇ ਪ੍ਰਧਾਨ ਸ਼੍ਰੀ ਹਰਮਿੰਦਰ ਸੂਤ ਜੀ ਦਾ ਅਤੇ ਡਿਸਟ੍ਰਿਕਟ ਕਾਂਗਰਸ ਕਮੇਟੀ ਦੇ ਜਿਹੜੇ ਪ੍ਰਧਾਨ ਹੈ ਸ਼੍ਰੀ ਸੁਹਾਸ ਸੂਤ ਜੀ ਉਹਨਾਂ ਦਾ, ਅਤੇ ਨਾਲ ਧੰਨਵਾਦ ਕਰਦੇ ਹਾਂ, ਖਾਸ ਧੰਨਵਾਦ ਕਰਦੇ ਹਾਂ ਅਸੀਂ ਸਰਦਾਰ ਕੁਲਜੀਤ ਸਿੰਘ ਜੀ ਨਾਗਰਾ ਜੋ ਸਾਡੇ MLA ਹੈ, ਜਿਨ੍ਹਾਂ ਦੀ ਰਹਿਨੁਮਾਈ ਵਿੱਚ ਇਹ ਸਾਰੇ ਜਿਹੜੇ ਕੈਂਪ ਹੈ ਉਹ ਔਰਗੇਨਾਈਜ਼ ਕੀਤੇ ਜਾ ਰਹੇ ਹੈ। ਧੰਨਵਾਦ ਕਰਦੇ ਹਾਂ ਸਾਡੇ ਸ਼ਹਿਰ ਦੇ ਜਿੰਨੇ ਵੀ MC ਹੈ, ਉਹਨਾਂ ਨੇ ਵੀ ਸਾਨੂੰ ਬਹੁਤ ਸਹਿਯੋਗ ਦਿੱਤਾ, ਉਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਸੋ ਮੇਰੀ ਸਾਰੇ ਸ਼ਹਿਰ ਨਿਵਾਸੀਆਂ ਨੂੰ, ਸਾਰੇ ਇਲਾਕਾ ਨਿਵਾਸੀਆਂ ਨੂੰ ਇਹ ਬੇਨਤੀ ਹੈ ਕਿ ਜਿਹੜੀ ਮਹਾਮਾਰੀ ਚੱਲ ਰਹੀ ਹੈ ਇਹਦਾ ਇੱਕੋ ਇੱਕ ਇਲਾਜ ਹੈ ਕਿ ਆਪਾਂ ਵੱਧ ਤੋਂ ਵੱਧ ਵੈਕਸੀਨੇਸ਼ਨ ਕਰਾਈਏ। ਸਾਰਿਆਂ ਨੂੰ ਵੈਕਸੀਨੇਸ਼ਨ ਕਰਾਉਣੀ ਚਾਹੀਦੀ ਹੈ, ਉਹ ਭਾਵੇਂ ਕੋਵੈਕਸੀਨ ਹੋਵੇ ਭਾਵੇਂ ਕੋਵਿਸ਼ੀਲਡ ਹੋਵੇ, ਉਹ 'ਚ ਕੋਈ ਫਰਕ ਨਹੀਂ ਹੈ। ਜਿੰਨੇ ਵੀ 18 ਸਾਲ ਤੋਂ ਉੱਪਰ ਹੈ, 18 ਸਾਲ ਤੋਂ ਵੱਧ ਜਿੰਨੇ ਵੀ ਹੈ, ਸਾਰੇ ਮੇਰੇ ਭੈਣ ਭਰਾ ਬੱਚੇ, ਸਾਰਿਆਂ ਨੂੰ ਮੇਰੀ ਅਪੀਲ ਹੈ ਵੀ ਉਹ ਵੱਧ ਤੋਂ ਵੱਧ ਸਾਰੇ ਵੈਕਸੀਨੇਸ਼ਨ ਕਰਾਉਣ ਤਾਂ ਕਿ ਆਪਾਂ ਇਸ ਮਹਾਮਾਰੀ ਤੋਂ ਨਜਾਤ ਪਾ ਸਕੀਏ। ਇਹ ਜਿਹੜਾ ਕੈਂਪ ਹੈ ਲੋਹੀਆ ਮਿਸ਼ਨ ਹਸਪੀਟਲ ਸਰਹੰਦ ਸ਼ਹਿਰ ਸ਼੍ਰੀ ਵਿਪਨ ਗੁਪਤਾ ਦੀ ਯਾਦ ਨੂੰ ਸਮਰਪਿਤ ਇਹ ਕੈਂਪ ਦਾ ਆਯੋਜਨ ਕੀਤਾ ਹੈ। ਅੱਜ ਲੋਹੀਆ ਮਿਸ਼ਨ ਹਸਪੀਟਲ ਦੇ ਵਿੱਚ ਜੋ ਇਹ ਕੈਂਪ ਲਗਾਇਆ ਜਾ ਰਿਹਾ ਕੋਵਿਡ ਵੈਕਸੀਨ ਦਾ, ਇਹ ਰਾਧਾ ਮਾਧਵ ਗਊਸ਼ਾਲਾ ਅਤੇ ਸੂਤ ਸਭਾ ਵੱਲੋਂ ਲਗਾਇਆ ਜਾ ਰਿਹਾ, ਭਰਪੂਰ ਉਪਰਾਲਾ ਕਰ ਰਹੇ ਹਾਂ ਦੋਨੇ, ਮਤਲਬ ਸੰਸਥਾਵਾਂ ਬਹੁਤ ਹੀ ਸਮਾਜ ਸੇਵਾ ਦੇ ਵਿੱਚ ਅੱਗੇ ਵੱਧ ਕੇ ਹਿੱਸਾ ਲੈਂਦੀਆਂ ਨੇ। ਅਤੇ ਮੇਰਾ ਜਿਹੜਾ ਆਗਰਾ, ਜਿਹੜੀ ਮੇਰੀ ਅਪੀਲ ਹੈ ਪੂਰੀ ਜਨਤਾ ਨੂੰ, ਪੂਰੇ ਸ਼ਹਿਰ ਨੂੰ, ਪੂਰੇ ਸ਼ਹਿਰ ਨਿਵਾਸੀਆਂ ਨੂੰ, ਉਹਨਾਂ ਨੂੰ ਇਹ ਹੈ ਕਿ ਜਲਦੀ ਤੋਂ ਜਲਦੀ ਇਹ ਕੋਵਿਡ ਵੈਕਸੀਨ ਦੇ ਜਿਹੜੇ ਇੰਜੈਕਸ਼ਨ ਆ ਉਹ ਲਗਵਾਉਣ, ਇਹ ਵੈਕਸੀਨ ਜਿਹੜੀ ਲਗਵਾਉਣ ਤਾਂ ਕਿ ਆਪਾਂ ਇਸ ਬਿਮਾਰੀ ਤੋਂ ਨਿਜਾਤ ਪਾ ਸਕੀਏ। ਇਹਦੇ ਵਿੱਚ ਜਿਹੜਾ ਸਹਿਯੋਗ ਜਿਹੜਾ ਸਾਡਾ ਫਤਿਹਗੜ੍ਹ ਸਾਹਿਬ ਦੀ ਟੀਮ, ਜਿਹੜੇ SMO ਸਾਹਿਬ ਕੁਲਦੀਪ ਜੀ, ਉਹ ਬਹੁਤ ਜ਼ਿਆਦਾ ਮਿਹਨਤ ਕਰ ਰਹੇ ਹਾਂ, ਉਹਨਾਂ ਦੀ ਟੀਮ ਜਗਜੀਤ ਡਾਕਟਰ ਜਗਜੀਤ ਜੀ ਵੀ ਕਰ ਰਹੇ ਹਾਂ ਉਹਨਾਂ ਦੇ ਨਾਲ, ਅਤੇ ਉਹਨਾਂ ਦੀ ਪੂਰੀ ਟੀਮ ਜਿਹੜੀ ਹੈ ਉਹਨਾਂ ਦਾ ਪੂਰਾ ਸਹਿਯੋਗ ਮਿਲ ਰਿਹਾ, ਅਤੇ ਸਭ ਨਾਲੋਂ ਜ਼ਿਆਦਾ ਜਿਹੜਾ ਸਹਿਯੋਗ ਹੈ ਸਾਨੂੰ ਉਹ ਜਨਤਾ ਦਾ ਮਿਲ ਰਿਹਾ। ਅਤੇ ਜਿਹੜੇ ਰਾਧਾ ਮਾਧਵ ਗਊਸ਼ਾਲਾ ਦੀ ਜਿਹੜੀ ਟੀਮ ਹੈ ਪੂਰੀ, ਜਿਹਦੇ ਵਿੱਚ ਵਰੁਣ ਜੀ ਮੇਨ ਹੈਗੇ ਆ, ਉਹ ਮਤਲਬ ਬਹੁਤ ਜ਼ਿਆਦਾ ਮਤਲਬ ਐਕਟਿਵਲੀ ਇਸ ਕੈਂਪ ਨੂੰ ਔਰਗੇਨਾਈਜ਼ ਕਰ ਰਹੇ ਹਾਂ, ਇਹਨਾਂ ਦਾ ਅਸੀਂ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਹਾਂ, ਅਤੇ ਜਨਤਾ ਦਾ ਵੀ ਧੰਨਵਾਦ ਕਰ ਰਹੇ ਹਾਂ ਜਿਹੜੀ ਉਹ ਬਹੁਤ ਮਤਲਬ ਉਤਸ਼ਾਹ ਦੇ ਨਾਲ ਆ ਕੇ ਜਿਹੜੀ ਇਹ ਵੈਕਸੀਨ ਲਗਵਾ ਰਹੀ ਹੈ। ਇਹਨਾਂ ਕਹਿੰਦਾ ਹੋਇਆ ਖਿਮਾ ਦਾ ਯਾਚਕ, ਅਸੀਂ ਸਾਰੇ ਸ਼ਹਿਰ ਨਿਵਾਸੀਆਂ ਦਾ, ਖਾਸ ਕਰਕੇ ਸੂਤ ਸਭਾ ਦਾ, ਅਤੇ ਸਾਡੀ ਸ਼੍ਰੀ ਰਾਧਾ ਮਾਧਵ ਗਊਸ਼ਾਲਾ ਦੀ ਸਾਰੀ ਟੀਮ ਅਤੇ ਸਾਡੇ ਲੋਹੀਆ ਮਿਸ਼ਨ ਹਸਪਤਾਲ ਦੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇੰਨਾ ਰਲ ਮਿਲ ਕੇ ਸਾਡਾ ਸਹਿਯੋਗ ਦਿੱਤਾ। ਇਸ ਟਾਈਮ ਅਸੀਂ 200+ ਡੋਜ਼ ਲਗਾ ਚੁੱਕੇ ਹਾਂ
इस टाइम तकरीबन 11 बज रहे हैं तो सानू उम्मीद है कि असी 500 प्लस डोज लगा देवांगे। साढ़े सारे शहर निवासियों के हाथ जोड़ के बेनती है कि जिथे किते भी कैंप लगता है उत्थे जाके जरूर वैक्सीनेशन लगवाओ जिदे नाल तुसीं अपना ते अपने परिवार को सुरक्षित कर सकते हो। टीम ते खास कर SMO साहब का भी तहे दिल तो बहुत बहुत धन्यवाद करते हैं। अठवीं परिवार वालों लोहिया मिशन हस्पताल दे विच मनुखता की सेवा लई एक पलांघा मारिया गया जिदे विच फतेहगढ़ साहब की टीम ने ਇੱਥੇ ਕੋਵਿਡ ਦੇ ਟੀਕੇ ਲਾਏ ਗਏ। ਤਕਰੀਬਨ 100 ਤੋਂ ਵੱਧ ਇਹ 200 ਤੋਂ ਵੱਧ ਇਹ ਟੀਕੇ ਦੀ ਸੇਵਾ ਕੀਤੀ ਗਈ ਜਿਹਦੇ ਵਿੱਚ ਸੰਤ ਸ਼ਹਿਰ ਸੰਤ ਮੰਡੀ ਅਤੇ ਹੋਰ ਆਲੇ ਦੁਆਲੇ ਦੇ ਲੋਕਾਂ ਨੇ ਸਾਡੀ ਸੇਵਾ ਕੀਤੀ ਜਿਹਦੇ ਵਿੱਚ ਮੈਂ ਸਭ ਤੋਂ ਜ਼ਿਆਦਾ ਇੰਪੋਰਟੈਂਟ इस एरिए दे वाइस प्रेजिडेंट कांग्रेस कमेटी दे श्री अनिल गुप्ता उन्हों का धन्यवाद करदा। सूद साहब जिहड़े प्रेजिडेंट है उन्हों का धन्यवाद करदा। उन्हों की टीम आई उन्होंने सानू बड़ा हौसला दिता और इस लड़ी दे विच असी अपने भांजे की याद दे विच एक 10 तरीक नू बहुत वड्डा ब्लड डोनेशन कैंप अरेंज कर रहे हैं जिहड़ा मनुखता की सेवा विच इस तो वड्डा दान नहीं गिनिया जाता। सानू उम्मीद है कि 100 तो वध डोनेशनज असी दे देंगे अरेंज कर देंगे और इस तो बाद फिर असी एक जनरल मेडिसिन का कैंप अरेंज कर रहे हैं जिदे विच पेट दीआं बीमारियां कैंसर ते होर इलाज दे वास्ते करिया जाएगा और जिहड़े गरीब मरीज होणगे उन्हां नूं दवाई ते होर इलाज वास्ते भी फ्री इंतजाम कीता जाएगा। मैं तुहाडी इस ग्रुप की बहुत सलाघा करदा कि तुसी टाइम टू टाइम गाए वगाए साडे इस नूं कवर करदे हो। मैं एक तुहाडे थ्रू इस एडमिनिस्ट्रेशन नूं एक बेनती करदा है कि शहीदां दी धरती ते एक उपराला किया जाए एक कोई मेमोरियल अरेंज किया जाए मेमोरियल खड़ा जा करिया जाए उन्हां शहीदां दी याद विच जिन्हां ने इस कोविड दी मुहिम दे विच अपनी जान दे दित्ती विचे डॉक्टर आ गए विचे पैरामेडिकल आ गए उन्हां सारियां दीआं फोटोआं दा कोई इंतजाम किया जाए ता जो जोड़ मेले ते जिहड़े लोकी आउण उह इन्हां शहीदां नूं भी अपनी सेवा दे फुल अपनी श्रद्धा दे फुल भेंट करके जा सकन। धन्यवाद। सरहिंद तों न्यूज़ इंडिया टाइम दे कैमरामैन आकाशदीप दे नाल चंद्र नागपाल दी विशेष रिपोर्ट।